ਮੁੰਡਾ ਬੜਾ ਚੰਗਾ ਹੈ ਵੀਰੇ, ਉਹ ਇਹੋ ਜਿਹਾ ਨਹੀਂ ਹੈਗਾ ਵੀ ਮਤਲਬ ਕਿਸੇ ਨਾਲ ਲੜੂਗਾ, ਉਹਦਾ ਆਪਣਾ ਕੰਮ ਸੀਗਾ, ਵਧੀਆ ਹੱਸਦਾ ਖੇਡਦਾ ਸਾਰਿਆਂ ਨਾਲ ਰਲ ਕੇ ਰਹਿੰਦਾ ਆ, ਕੋਈ ਨਸ਼ਾ ਪੱਤਾ ਨਹੀਂ ਕਰਦਾ। 20 ਤੋਂ 25 ਸਾਲ ਦਾ ਮੁੰਡਾ ਪਾਣੀ ਦੇ ਵਿੱਚ ਪਿਆ ਸੀ, ਜਿਵੇਂ ਹਾਲਾਤ ਲੱਗਦੇ ਸੀ ਉਹਦੇ ਵਿੱਚੋਂ ਝੱਗ ਵਗੈਰਾ ਨਿਕਲੀ ਵੀ ਸੀ, ਇਹ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ। ਇਹ ਸਵੇਰੇ ਹੀ ਆ ਮਨਿੰਦਰ ਸਿੰਘ ਜੀ ਇਹਨਾਂ ਦੇ ਭਈਆ ਉਰੇ ਜੰਗਲ ਪਾਣ ਲਈ ਕਿਤੇ ਵੀ ਗਿਆ ਸੀਗਾ, ਉਹਨੇ ਜਦ ਦੇਖਿਆ ਉੱਥੇ ਇੱਕ ਮੁੰਡੇ ਡੈੱਡ ਬੋਡੀ ਜਿੱਥੋਂ ਨਹਿਰ ਤੋਂ ਸੂਆ ਸਟਾਰਟ ਹੁੰਦਾ ਉੱਥੇ ਪਈ ਸੀ, ਉਹਨੇ ਨਾਲ ਦੀ ਨਾਲ ਆਪਦੇ ਮਾਲਕ ਨੂੰ ਅਤੇ ਫਿਰ ਸਰਪੰਚ ਨੂੰ ਤਲਾਹ ਕੀਤੀ। ਇਹ ਬੇਨਤੀ ਹੋਇਆ ਜੀ, ਅੱਜ ਸਾਡੀ ਮੋਟਰ ਦੇ ਲਵੋਂ ਡੈੱਡ ਬੋਡੀ ਮਿਲੀ ਹੈ ਜੀ, ਉਹਦਾ ਸਾਡਾ ਭਈਆ ਉੱਧਰ ਨੂੰ ਗੇੜਾ ਮਾਰਨ ਚਲਿਆ ਗਿਆ ਅਤੇ ਉਹਨਾਂ ਦੇ ਘਰਦਿਆਂ ਤੋਂ ਪਤਾ ਲੱਗਿਆ ਵੀ ਉਹ ਕੱਲ੍ਹ 4 ਵਜੇ ਦਾ ਗਾਇਬ ਹੈ ਜੀ, ਕੱਲ੍ਹ 4 ਵਜੇ ਦਾ ਉਰੀ ਪਿਆ ਸੀ ਪਾਣੀ ਦੇ ਵਿੱਚ, ਮੂੰਹ ਦੇ ਉਹਦੇ ਵਿੱਚੋਂ ਝੱਗ ਆ ਰਹੀ ਸੀ। ਇੱਥੇ ਸਾਡੀਆਂ 5-7 ਜਣਿਆਂ ਦੀਆਂ ਮੋਟਰਾਂ ਨੇ, ਅਸੀਂ ਆਉਂਦੇ ਹਾਂ ਆਥਣ ਸਵੇਰ ਆਉਂਦੇ ਹਾਂ ਅਤੇ ਇੱਥੇ ਇਹੋ ਜਿਹੇ ਮੋਟਰ ਸਾਈਕਲ ਮੁੰਡੇ ਆਉਂਦੇ ਨੇ ਵੀ 5-5 ਮੋਟਰ ਸਾਈਕਲ ਲੰਘੇ, 3-3 ਬਹਿ ਕੇ ਆਉਂਦੇ ਨੇ, ਚਮਚੇ ਸਰਿੰਜਾਂ ਇੱਥੇ ਬਹੁਤ ਕੁਛ ਮਿਲਦਾ। ਕੱਢੇ ਕੋਈ ਸੀਸੀਟੀਵੀ ਜਿਵੇਂ ਪੁਲਾਂ ਪਲਾਂ 'ਤੇ ਜੋ ਵੀ ਆ, ਜੇ ਤੋਂ ਸੀਸੀਟੀਵੀ ਨਿਕਲੇ ਅਤੇ ਉਹਦੀ ਕਾਲ ਰਿਕਾਰਡਿੰਗਾਂ ਚੈੱਕ ਹੋਣ, ਰਾਤ ਅਸੀਂ 1 ਵਜੇ ਫੋਨ ਕਰਿਆ ਉਦੋਂ ਵੀ ਬੀਜੀ ਚੱਲਦਾ ਸੀ। ਫਿਰ ਮੁੰਡਾ ਦਾ ਨਾਮ ਗੁਰੀ ਆ, ਕੱਚਾ ਅਸੀਂ ਗੁਰੀ ਉਹ ਕਹਿੰਦੇ ਹੁੰਦੇ ਹਾਂ, ਅਤੇ ਮੁੰਡਾ ਬੜਾ ਚੰਗਾ ਹੈ ਵੀਰੇ, ਉਹ ਇਹੋ ਜਿਹਾ ਨਹੀਂ ਹੈਗਾ ਵੀ ਮਤਲਬ ਕਿਸੇ ਨਾਲ ਲੜੂਗਾ, ਉਹਦਾ ਆਪਣਾ ਕੰਮ ਸੀਗਾ, ਵਧੀਆ ਹੱਸਦਾ ਖੇਡਦਾ ਸਾਰਿਆਂ ਨਾਲ ਰਲ ਕੇ ਰਹਿੰਦਾ ਆ, ਕੋਈ ਨਸ਼ਾ ਪੱਤਾ ਨਹੀਂ ਕਰਦਾ ਵੀ ਜਿਵੇਂ ਕਹਿੰਦੇ ਆ ਵੀ ਉਰੇ ਟੀਕੇ ਲਾ ਲੈਂਦੇ ਸੀ ਵੀਰੇ, ਇਹੋ ਜਿਹਾ ਕੋਈ ਕੰਮ ਨਹੀਂ ਉਹ ਕਰਦਾ। ਠੀਕ ਹੈ, ਸੰਤਾਂ ਐਂ ਵੀ ਪੁਲਿਸ ਬਸ ਕਰੇ ਉਹਦਾ ਹੱਲ ਕੋਈ ਕਰੇ ਵੀ ਮਤਲਬ ਕੱਢੇ ਕੋਈ ਸੀਸੀਟੀਵੀ ਜਿਵੇਂ ਪੁਲਾਂ ਪਲਾਂ 'ਤੇ ਜੋ ਵੀ ਆ, ਜੇ ਤੋਂ ਸੀਸੀਟੀਵੀ ਨਿਕਲੇ ਅਤੇ ਉਹਦੀ ਕਾਲ ਰਿਕਾਰਡਿੰਗਾਂ ਚੈੱਕ ਹੋਣ, ਰਾਤ ਅਸੀਂ 1 ਵਜੇ ਫੋਨ ਕਰਿਆ ਉਦੋਂ ਵੀ ਬੀਜੀ ਚੱਲਦਾ ਸੀ। ਫੋਨ ਬੀਜੀ ਚੱਲਦੇ ਆ ਜੇ ਕਿਸੇ ਬੰਦੇ ਕੋਲ ਆ ਫੋਨ ਜਿਹੜਾ ਵੀ, ਕਿਉਂਕਿ ਸਾਨੂੰ ਫੋਨ ਵੀ ਨਹੀਂ ਉਰੋਂ ਮਿਲਿਆ, ਲਾਸ਼ ਦੇ ਨਾਲ ਉਹ ਤਾਂ ਕੁਛ ਮਿਲਿਆ ਨਹੀਂ, ਪਰ ਉਹਦੀ ਐਂ ਲੱਗਦਾ ਵੀ ਕਿਸੇ ਨੇ ਮਾਰਿਆ ਹੀ ਆ ਬਈ, ਸਾਨੂੰ ਇਹਦੀ ਪੜਤਾਲ ਜਾਂ ਡੂੰਘੀ ਤੌਰ 'ਤੇ ਕਰਕੇ ਰਿਜ਼ਲਟ ਚਾਹੀਦੇ। ਇਹ ਸਵੇਰੇ ਹੀ ਆ ਮਨਿੰਦਰ ਸਿੰਘ ਜੀ ਇਹਨਾਂ ਦੇ ਭਈਆ ਉਰੇ ਜੰਗਲ ਪਾਣ ਲਈ ਕਿਤੇ ਵੀ ਗਿਆ ਸੀਗਾ, ਉਹਨੇ ਜਦ ਦੇਖਿਆ ਉੱਥੇ ਇੱਕ ਮੁੰਡੇ ਡੈੱਡ ਬੋਡੀ ਜਿੱਥੋਂ ਨਹਿਰ ਤੋਂ ਸੂਆ ਸਟਾਰਟ ਹੁੰਦਾ ਉੱਥੇ ਪਈ ਸੀ, ਉਹਨੇ ਨਾਲ ਦੀ ਨਾਲ ਆਪਦੇ ਮਾਲਕ ਨੂੰ ਅਤੇ ਫਿਰ ਸਰਪੰਚ ਨੂੰ ਤਲਾਹ ਕੀਤੀ। ਸਰਪੰਚ ਮੈਂਬਰ ਅਤੇ ਪਿੰਡ ਦੇ 4-5 ਬੰਦੇ ਜਿਨ੍ਹਾਂ ਵਿੱਚ ਅਸੀਂ ਵੀ ਅਸੀਂ ਇੱਥੇ ਆ ਕੇ ਮੌਕੇ 'ਤੇ ਦੇਖਿਆ, ਜਦ ਦੇਖਿਆ ਵੀ ਕੋਈ 20 ਤੋਂ 25 ਸਾਲ ਦਾ ਮੁੰਡਾ ਪਾਣੀ ਦੇ ਵਿੱਚ ਪਿਆ ਸੀ, ਜਦੋਂ ਚੌਂਕੀ ਤਲਾਹ ਕੀਤੀ, ਜਦੋਂ ਮੈਡਮ ਆਈ ਨਾਲ ਪੁਲਿਸ ਆਏ, ਉਹਨਾਂ ਨੇ ਆ ਕੇ ਬਣਦੀ ਕਾਰਵਾਈ ਕੀਤੀ ਅਤੇ ਬਾਅਦ 'ਚ ਮੁੰਡੇ ਦੇ ਪਰਸ ਤੋਂ ਚੁੱਪ ਕੱਢਿਆ ਆਈ ਕਾਰਡ, ਪਤਾ ਲੱਗਿਆ ਵੀ ਉਹ ਮਲੂਹ ਨੇੜੇ ਦਾ ਸੀਗਾ, ਅਤੇ ਬਾਅਦ 'ਚ ਉਹਨੂੰ ਪੋਸਟਮਾਰਟਮ ਲਈ ਨਾਭੇ ਲੈ ਗਏ ਨੇ, ਹਜੇ ਕਾਰਨਾਂ ਦਾ ਕੁਝ ਨਹੀਂ ਪਤਾ ਲੱਗਿਆ, ਪਰ ਜਿਵੇਂ ਹਾਲਾਤ ਲੱਗਦੇ ਸੀ ਉਹਦੇ ਵਿੱਚੋਂ ਝੱਗ ਵਗੈਰਾ ਨਿਕਲੀ ਵੀ ਸੀ, ਇਹ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ। ਇਹ ਬੇਨਤੀ ਹੋਇਆ ਜੀ, ਅੱਜ ਸਾਡੀ ਮੋਟਰ ਦੇ ਲਵੋਂ ਡੈੱਡ ਬੋਡੀ ਮਿਲੀ ਹੈ ਜੀ, ਉਹਦਾ ਸਾਡਾ ਭਈਆ ਉੱਧਰ ਨੂੰ ਗੇੜਾ ਮਾਰਨ ਚਲਿਆ ਗਿਆ ਅਤੇ ਉਹਨਾਂ ਦੇ ਘਰਦਿਆਂ ਤੋਂ ਪਤਾ ਲੱਗਿਆ ਵੀ ਉਹ ਕੱਲ੍ਹ 4 ਵਜੇ ਦਾ ਗਾਇਬ ਹੈ ਜੀ, ਕੱਲ੍ਹ 4 ਵਜੇ ਦਾ ਉਰੀ ਪਿਆ ਸੀ ਪਾਣੀ ਦੇ ਵਿੱਚ, ਮੂੰਹ ਦੇ ਉਹਦੇ ਵਿੱਚੋਂ ਝੱਗ ਆ ਰਹੀ ਸੀ ਅਤੇ ਉਰੇ ਇਹਦਾ ਇਕੱਲੇ ਦਾ ਨਹੀਂ ਜੀ, ਇਹਦਾ ਮੈਂ ਨਹੀਂ ਕਹਿੰਦਾ ਵੀ ਇਹ ਨਸ਼ਾ ਕਰਕੇ ਜਾ ਉਹ ਹੋਇਆ, ਊਂ ਵੀ ਕੁਛ ਵੀ ਹੋ ਸਕਦਾ, ਕੋਈ ਕੁੱਟ ਮਾਰ ਕੇ ਕਰ ਗਿਆ ਹੋਵੇ। ਇੱਥੇ ਸਾਡੀਆਂ 5-7 ਜਣਿਆਂ ਦੀਆਂ ਮੋਟਰਾਂ ਨੇ, ਅਸੀਂ ਆਉਂਦੇ ਹਾਂ ਆਥਣ ਸਵੇਰ ਆਉਂਦੇ ਹਾਂ ਅਤੇ ਇੱਥੇ ਇਹੋ ਜਿਹੇ ਮੋਟਰ ਸਾਈਕਲ ਮੁੰਡੇ ਆਉਂਦੇ ਨੇ ਵੀ 5-5 ਮੋਟਰ ਸਾਈਕਲ ਲੰਘੇ, 3-3 ਬਹਿ ਕੇ ਆਉਂਦੇ ਨੇ, ਚਮਚੇ ਸਰਿੰਜਾਂ ਇੱਥੇ ਬਹੁਤ ਕੁਛ ਮਿਲਦਾ। ਸਾਡੀ ਇਹੀ ਬੇਨਤੀ ਆ ਪੁਲਿਸ ਨੂੰ ਹੱਥ ਬੰਨ੍ਹ ਕੇ ਵੀ ਉਰੇ ਗੇੜਾ ਜ਼ਰੂਰ ਰੱਖਿਆ ਜਾਵੇ, ਬਿਨਾਂ ਕੰਮ ਤੋਂ ਉਰੇ ਬਹੁਤ ਜ਼ਿਆਦਾ ਮੋਟਰ ਸਾਈਕਲ ਆਉਂਦੇ ਨੇ, ਉਰੇ ਇਹੀ ਕੁਛ ਚੱਲਦਾ, ਨਹਿਰ 'ਤੇ ਜਾਓ ਚੈੱਕ ਕਰੋ, ਚਮਚੇ ਸਰਿੰਜਾਂ ਇਹੀ ਕੁਛ ਮਿਲੂਗਾ ਤੁਹਾਨੂੰ। ਇਹ ਅੱਜ ਸਵੇਰੇ ਤਲਾਹ ਮਿਲੀ ਸੀ ਕਿ ਜਿਹੜਾ ਸੂਏ ਦੇ ਨਾਲ ਕੋਈ ਡੈੱਡ ਬੋਡੀ ਪਈ ਹੈ, ਅਤੇ ਉਹ ਉਸ ਤੋਂ ਬਾਅਦ ਪਤਾ ਕੀਤਾ ਹੈ ਗੁਰਵਿੰਦਰ ਸਿੰਘ ਐਫ ਐਮ ਲੋ ਦਾ, 23-24 ਸਾਲ ਦੀ ਉਮਰ ਹੈ ਇਹਦੀ, ਅਤੇ ਉਹਦਾ ਜਿਸਮ ਦਾ ਮੁਲਾਜ਼ਾ ਸਾਰਾ ਕੀਤਾ, ਕੋਈ ਇੰਜਰੀ ਮਾਰਕ ਜਾਂ ਉਸ ਤਰੀਕੇ ਦੀ ਕੋਈ ਸੱਟ ਵਗੈਰਾ ਤਾਂ ਨਹੀਂ ਹੈਗੀ, ਅਤੇ ਬਾਕੀ ਇਹਦਾ ਅਸੀਂ 174 ਦੀ ਕਾਰਵਾਈ ਕਰ ਰਹੇ ਹਾਂ, ਇਨਕੁਐਸਟ ਪ੍ਰੋਸੀਡਿੰਗ ਇਹਦੀਆਂ ਕਰ ਰਹੇ ਹਾਂ।
ਬਾਕੀ ਡਾਕਟਰ ਸਾਹਿਬ ਪੋਸਟਮਾਰਟਮ ਕਰਨਗੇ ਤਾਂ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਕੀ ਵਜ੍ਹਾ ਬਣੀ। ਮਲੋਕ ਇੱਥੇ ਕਿਵੇਂ ਆਇਆ ਕੁਝ ਪਤਾ ਲੱਗਿਆ? ਉਹ ਸਾਰਾ ਇਹਨਾਂ ਦੇ ਹੁਣ ਰਿਲੇਟਿਵਸ ਆਏ ਨੇ, ਇਹਨਾਂ ਦੀ ਸਟੇਟਮੈਂਟ ਲਿਖਾਂਗੇ, ਦੇਖਾਂਗੇ ਕਿ ਕਿਸ ਕਾਰਨ ਕਰਕੇ ਆਇਆ ਸੀ, ਕਦੋਂ ਆਇਆ ਸੀ, ਸਾਰਾ ਪੜਤਾਲ ਕਰਾਂਗੇ। ਇਹ ਵੀਡੀਓ ਰੀਡਿੰਗ ਦੱਸਦੇ ਆ, ਜਿੱਦਾਂ ਕੋਈ ਇੱਦਾਂ ਦਾ ਮਤਲਬ ਪੜ੍ਹਦਾ ਤਾਂ ਨਹੀਂ, ਪੜ੍ਹ ਹਟਿਆ ਸੀਗਾ ਤੇ ਇਦਾਂ ਦੀ ਕੋਈ ਟੈਕਨੀਕਲ ਕੰਮ ਕਾਰ ਕਰਦਾ, ਨਹੀਂ ਇੱਦਾਂ ਦਾ ਉਹਨਾਂ ਨੇ ਥੋੜ੍ਹਾ ਜਿੱਦਾਂ ਫਸਟ ਏਡ ਵਾਲੇ ਮੁੰਡੇ ਨੇ ਉਹਨਾਂ ਨੇ ਚੈੱਕ ਕੀਤਾ, ਕੋਈ ਇੱਦਾਂ ਦੀ ਗੱਲ ਨਹੀਂ ਲੱਗੀ। ਡੁੱਬ ਕੇ ਵੀ ਹੋ ਸਕਦਾ ਨਹੀਂ, ਉਹ ਸਾਰਾ ਕਲੀਅਰ ਹੋ ਜਾਏਗਾ ਪੋਸਟਮਾਰਟਮ 'ਚੋਂ।